ਬਾਲੀਵੁੱਡ ਫਿਲਮਾਂ ਟੀਵੀ ਧਾਰਾਵਾਹਿਕਾਂ ਵੱਲੋਂ ਜਿੱਥੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਕੀਤੀ ਜਾਂਦੀ ਹੈ ਉਸੇ ਸਾਜ਼ਿਸ਼ ਤਹਿਤ ਇੱਕ ਹੋਰ ਨਵਾਂ ਸੀਰੀਅਲ ਵੀ ਇਸ ਦੇ ਤਹਿਤ ਪ੍ਰਮੋਟ ਕੀਤਾ ਜਾ ਰਿਹਾ ਜਿਸ ਦਾ ਨਾਮ ਰੱਖਿਆ ਗਿਆ ਛੋਟੀ ਸਰਦਾਰਨੀ ਜਿਸ ਦੇ ਵਿੱਚ ਪੰਜ ਕਕਾਰਾਂ ਦੇ ਨਾਮ ਅਤੇ ਉਹਨਾਂ ਦੇ ਡੈਫੀਨੇਸ਼ਨ ਨੂੰ ਹੀ ਬਦਲ ਕੇ ਰੱਖ ਦਿੱਤਾ ਗਿਆ ਉਸ ਦੇ ਪ੍ਰੋਮੋ ਦੇ ਵਿੱਚ ਨਵੇਂ ਹੀ ਪੰਜ ਕਕਾਰ ਇੰਟਰੋਡਿਊਸ ਕਰ ਦਿੱਤੇ ਗਏ ਹੈ ਜਿਸ ਦੇ ਕਰਕੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਪੰਜਾਂ ਕਕਾਰਾਂ ਦੇ ਅਸਤਿਤਵ ਦੇ ਉੱਪਰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋਰ ਤੇ ਹੋਰ ਇਸ ਸੀਰੀਅਲ ਦੀ ਜੋ ਸਟੋਰੀ ਲਾਈਨ ਦਿੱਤੀ ਗਈ ਹੈ ਜਿਸ ਦੇ ਵਿੱਚ ਇੱਕ ਸਿੱਖ ਲੜਕੀ ਦਾ ਕਰੈਕਟਰ ਜਿਹੜਾ ਹੈਗਾ ਉਸ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਚੁੱਕੇ ਗਏ ਆ ਕਿਉਂਕਿ ਇਸ ਸੀਰੀਅਲ ਦੇ ਪ੍ਰੋਮੋ ਦੇ ਅਕੋਰਡਿੰਗ ਇਸ ਦੇ ਵਿੱਚ ਇੱਕ ਲੜਕੀ ਦਾ ਕਰੈਕਟਰ ਦਿਖਾਇਆ ਗਿਆ ਕਿ ਇੱਕ ਸਿੱਖ ਲੜਕੀ ਇੱਕ ਸਿਰ ਮੁੰਨੇ ਹੋਏ ਵਿਅਕਤੀ ਦੇ ਨਾਲ ਅਗਨੀ ਦੇ ਫੇਰੇ ਲੈਂਦੇ ਹੋਏ ਵਿਆਹ ਕਰਦੀ ਹੈ ਅਤੇ ਆਪਣੇ ਵਿਆਹ ਤੋਂ ਪਹਿਲੇ ਹੀ ਗਰਭਵਤੀ ਹੋ ਜਾਂਦੀ ਹੈ ਅਤੇ ਬਾਅਦ 'ਚੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹ ਰੱਬ ਅੱਗੇ ਉਹਨੂੰ ਉਸ ਬੱਚੇ ਨੂੰ ਬਚਾਉਣ ਦੀ ਅਰਦਾਸ ਕਰਦੀ ਹੈ ਸੋ ਇਸ ਵਿੱਚ ਸਿੱਖ ਕੁੜੀਆਂ ਦੇ ਕਰੈਕਟਰ ਦੇ ਉੱਪਰ ਸਵਾਲੀਆ ਨਿਸ਼ਾਨ ਇਹਨਾਂ ਟੀ ਵੀ ਸੀਰੀਅਲਾਂ ਵੱਲੋਂ ਛੱਡਿਆ ਗਿਆ ਜਿੱਥੇ ਇੱਕ ਸਿੱਖ ਲੜਕੀ ਨੂੰ ਅਗਨੀ ਦੇ ਫੇਰੇ ਲੈਂਦੇ ਹੋਏ ਗੁਰਮਤ ਮਰਿਆਦਾ ਦਾ ਘਾਟ ਵੀ ਇਹਦੇ ਵਿੱਚ ਦਿਖਾਇਆ ਗਿਆ ਅਤੇ ਉੱਥੇ ਹੀ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਝੀ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਆਓ ਤੁਹਾਨੂੰ ਦਿਖਾਉਂਦੇ ਹਾਂ ਉਹਦਾ ਪ੍ਰੋਮੋ ਮਿਲੀਏ ਇਸ ਸਰਦਾਰਨੀ ਸੇ ਜਿਸਨੇ ਬਣਾਏ ਆਪਣੇ ਪੰਜ ਕਕਾਰ ਮਿਲੀਏ ਇਸ ਸਰਦਾਰਨੀ ਸੇ ਜਿਸਨੇ ਬਣਾਏ ਆਪਣੇ ਪੰਜ ਕਕਾਰ ਇਸ ਮਾਮਲੇ 'ਚ ਦਿੱਲੀ ਕੈਂਟ ਦੇ ਇੱਕ ਸਿੱਖ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਮੀਤ ਸਿੰਘ ਹੈ ਜੀ ਅਤੇ ਮੈਂ ਦਿੱਲੀ ਕੈਂਟ ਨਿਵਾਸ ਕਰਦਾ ਕੱਲ੍ਹ ਰਾਤ ਨੂੰ ਮੈਂ ਆਪਣੇ ਰੂਮ 'ਚ ਬੈਠਾ ਸੀ ਅਤੇ ਟੀ ਵੀ ਚੱਲ ਰਿਹਾ ਸੀਗਾ ਅਤੇ ਕਲਰ ਚੈਨਲ ਚੱਲ ਰਿਹਾ ਸੀ ਅਤੇ ਉਹਦੇ ਅੰਦਰ ਇੱਕ ਨਵਾਂ ਸੀਰੀਅਲ ਇਹ ਲੋਕ ਲਾਂਚ ਕਰ ਰਹੇ ਹੈ ਛੋਟੀ ਸਰਦਾਰਨੀ ਉਹਦਾ ਟ੍ਰੇਲਰ ਆਇਆ ਅਤੇ ਮੈਂ ਦੇਖਿਆ ਉਹਦੇ ਅੰਦਰ ਜੀ ਇਹਨਾਂ ਨੇ ਇੱਕ ਅਲੱਗ ਹੀ ਕੰਸੈਪਟ ਤਿਆਰ ਕਰ ਲਿਆ ਹੈ ਕਿ ਉਸ ਕੁੜੀ ਨੇ ਆਪਣੇ ਲਈ ਆਪ ਪੰਜ ਕਕਾਰ ਤਿਆਰ ਕੀਤੇ ਆ ਕਰਤੱਵ ਮਤਲਬ ਕੱਕੇ ਤੋਂ ਇਹਨਾਂ ਨੇ ਪੰਜ ਸ਼ਬਦ ਲਾ ਕੇ ਅਤੇ ਕਹਿਤਾ ਜੀ ਇਹ ਪੰਜ ਕਕਾਰ ਜਿਹੜੇ ਕੁੜੀ ਨੇ ਆਪ ਆਪਣੇ ਲਈ ਤਿਆਰ ਕੀਤੇ ਛੋਟੀ ਸਰਦਾਰਨੀ ਲਈ ਅਤੇ ਇਹ ਬਹੁਤ ਬਹੁਤ ਗਲਤ ਮੈਸੇਜ ਸਾਰੇ ਸਮਾਜ 'ਤੇ ਜਿਹੜਾ ਜਾਏਗਾ ਕਿਉਂਕਿ ਪੰਜ ਕਕਾਰ ਇੱਕ ਬਹੁਤ ਵੱਡੀ ਬਲੈਸਿੰਗ ਬਹੁਤ ਵੱਡੀ ਇੱਕ ਇਨਾਮਤ ਸਾਡੇ ਕੋਲ ਹੈ ਜਿਹੜੀ ਸਾਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਹੈ ਅਤੇ ਸ਼ਾਇਦ ਸਾਰੇ ਅਸੀਂ ਇਹਨੂੰ ਨਹੀਂ ਸਮਝ ਸਕਦੇ ਲੇਕਿਨ ਅਸੀਂ ਲੋਕ ਜਾਣਦੇ ਹੋਏ ਵੀ ਜੇ ਅਣਜਾਣ ਬਣੇ ਰਹੀਏ ਤਾਂ ਇਹ ਸਾਡੇ ਲਈ ਬਹੁਤ ਬਹੁਤ ਖਰਾਬ ਗੱਲ ਹੋਏਗੀ ਜੀ ਕਿਉਂਕਿ ਛੋਟੀ ਸੋਚ ਅਤੇ ਜਿਹੜੇ ਨੌਨ ਸਿੱਖ ਨੇ ਜਿਹੜੇ ਸਾਡੇ ਪੰਥ ਬਾਰੇ ਜਾਂ ਸਾਡੇ ਕਕਾਰਾਂ ਬਾਰੇ ਨਹੀਂ ਜਾਣਦੇ ਉਹ ਇਸੀ ਚੀਜ਼ ਨੂੰ ਐਕਸੈਪਟ ਕਰਕੇ ਅਤੇ ਇੱਕ ਅਜੀਬ ਜਿਹਾ ਮਾਹੌਲ ਇਹ ਕ੍ਰੀਏਟ ਕਰ ਸਕਦੀ ਹੈ ਚੀਜ਼ ਅਤੇ ਮੇਰੀ ਸਾਰੀ ਸਿੱਖ ਬੰਦੀਆਂ ਅੱਗੇ ਸਿਰਸਾ ਸਾਹਿਬ ਅੱਗੇ ਦਮਦਮੀ ਟਕਸਾਲ ਜੀ ਅੱਗੇ ਅਤੇ ਆਪਣੇ ਅਕਾਲ ਤਖਤ ਸਾਹਿਬ ਅੱਗੇ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਆਪ ਜੀ ਇਸ ਚੀਜ਼ ਦਾ ਸੰਗਿਆਨ ਲੈਂਦੇ ਹੋਏ ਜੋ ਵੀ ਰੈਕਟੀਫਿਕੇਸ਼ਨ ਇਹਦੇ ਅੰਦਰ ਕਰਨੀ ਹੈ ਸੀਰੀਅਲ ਅੰਦਰ ਉਹ ਕੀਤੀ ਜਾਏ ਕਿਉਂਕਿ ਸੀਰੀਅਲ ਲਾਂਚ ਹੋਣ ਦੇ ਬਾਅਦ ਅਸੀਂ ਪ੍ਰਦਰਸ਼ਨ ਕਰੀਏ ਜਾਂ ਅਸੀਂ ਤੋੜ ਫੋੜ ਕਰੀਏ ਉਹਦਾ ਕੋਈ ਲੌਜਿਕ ਨਹੀਂ ਹੈ ਆਪ ਸਭ ਲਈ ਸਭ ਅੱਗੇ ਮੇਰੀ ਬੇਨਤੀ ਹੈ ਜੀ ਪਲੀਜ਼ ਇਹ ਛੋਟੀ ਜਿਹੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਚੀਜ਼ 'ਤੇ ਪਲੀਜ਼ ਕੋਈ ਨਾ ਕੋਈ ਇੱਕ ਡਿਸਿਪਲਿਨਰੀ ਐਕਸ਼ਨ ਦਿੱਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਾਮਲੇ 'ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁੰਬਰ ਨੇ ਵੀ ਸੰਗਿਆਨ ਲਿਆ ਅਤੇ ਉਹਨਾਂ ਨੇ ਵੀ ਆਪਣਾ ਇੱਕ ਬਿਆਨ ਜਾਰੀ ਕੀਤਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ 6 ਜੂਨ 1984 ਅੱਜ ਤੋਂ 35 ਸਾਲ ਪਹਿਲਾਂ ਹਿੰਦ ਹਕੂਮਤ ਨਾਲ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਇੱਕ ਜੰਗ ਲੜੀ ਗਈ ਔਰ ਉਸ ਜੰਗ ਦੇ ਵਿੱਚ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਜਨਰਲ ਸ਼ਵੇਕ ਸਿੰਘ ਜੀ ਸਮੇਤ ਬਹੁਤ ਸਾਰੇ ਮਰਜੀਵੜੇ ਅਤੇ ਆਮ ਸਿੱਖ ਸੰਗਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਅੱਜ 35 ਸਾਲਾਂ ਬਾਅਦ ਸਿੱਖ ਕੌਮ ਉਹਨਾਂ ਮਹਾਨ ਯੋਧਿਆਂ ਨੂੰ ਨਤਮਸਤਕ ਹੋ ਰਹੀ ਹੈ ਜਿਨ੍ਹਾਂ ਕੌਮ ਦੀ ਖਾਤਰ ਅਣਖ ਦੀ ਖਾਤਰ ਆਪਣੇ ਗੁਰੂ ਅਤੇ ਗੁਰੂ ਪੰਥ ਦੀ ਖਾਤਰ ਸ਼ਹਾਦਤਾਂ ਦਾ ਜਾਮ ਪੀਤਾ ਲੇਕਿਨ ਇਸ ਸਮੇਂ ਦੇ ਦਰਮਿਆਨ 35 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਜ ਵੀ ਪੰਥ ਵਿਰੋਧੀ ਸਿੱਖ ਵਿਰੋਧੀ ਮਾਨਸਿਕਤਾ ਜਿਹੜੀ ਹੈ ਉਹ ਦਿਨੋ ਦਿਨ ਪਣਪਦੀ ਜਾ ਰਹੀ ਹੈ ਇੱਕ ਵੱਡੀ ਚੋਟ ਜਿਹੜੀ ਹੈ ਉਹ ਸਿੱਖ ਕੌਮ ਦੇ ਉੱਪਰ ਕਲਰ ਟੀ ਵੀ ਨੇ ਕੀਤੀ ਹੈ ਔਰ ਉਹਨੇ ਇੱਕ ਸੀਰੀਅਲ ਤਿਆਰ ਕੀਤਾ ਛੋਟੀ ਸਰਦਾਰਨੀ ਔਰ ਉਸਦੇ ਵਿੱਚ ਇੱਕ ਲੜਕੀ ਨੂੰ ਰੋਲ ਦਿੱਤਾ ਗਿਆ ਜਿਹੜੀ ਕਿ
ਪੰਜ ਕਕਾਰਾਂ ਨੂੰ ਆਪਣੇ ਤੌਰ ਦੇ ਉੱਤੇ ਤਿਆਰ ਕਰਦੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਅੰਮ੍ਰਿਤਧਾਰੀ ਹੋਣ ਤੋਂ ਪਹਿਲਾਂ ਪੰਜ ਕਕਾਰ ਜਿਹੜੇ ਆ ਉਹ ਸਾਨੂੰ ਬਖਸ਼ੇ ਨੇ, ਜਿਨ੍ਹਾਂ ਦੇ ਵਿੱਚ ਕੇਸ ਨੇ, ਕੰਘਾ ਹੈ, ਕੜਾ ਹੈ, ਕਿਰਪਾਨ ਹੈ, ਕਛਹਿਰਾ ਹੈ। ਅਤੇ ਉਹਨਾਂ ਪੰਜ ਕਕਾਰਾਂ ਦੇ ਰੀਸ ਕਰਦਿਆਂ ਹੋਇਆਂ ਇਹਨਾਂ ਨੇ ਇਸ ਸੀਰੀਅਲ ਦੇ ਵਿੱਚ ਛੋਟੀ ਸਰਦਾਰਨੀ ਦੇ ਵਿੱਚ ਆਪਣੇ ਤੌਰ ਦੇ ਉੱਤੇ ਲੜਕੀ ਪੰਜ ਕਕਾਰ ਤਿਆਰ ਕਰਦੀ ਦਿਖਾਈ ਗਈ ਹੈ, ਜਿਵੇਂ ਕਰਤੱਵ। ਇਸ ਤਰ੍ਹਾਂ ਕਰਕੇ ਪੰਜ ਨਾਮ ਉਹਨਾਂ ਨੂੰ ਅਲੱਗ ਅਲੱਗ ਦਿੱਤੇ ਗਏ ਨੇ। ਅਤੇ ਉਹ ਸੀਰੀਅਲ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਸਿੱਖ ਕੌਮ ਚੱਲਣ ਨਹੀਂ ਦੇਵੇਗੀ। ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਬਣੀਆਂ ਜਿਨ੍ਹਾਂ ਨੂੰ ਰੋਕਣ ਵਾਸਤੇ ਸਾਨੂੰ ਵੱਡਾ ਸੰਘਰਸ਼ ਕਰਨਾ ਪਿਆ। ਅਤੇ ਬਹੁਤ ਦੁੱਖ ਦੀ ਗੱਲ ਹੈ ਕਿ ਇੰਡੀਅਨ ਗੌਰਮੈਂਟ, ਜਿਸ ਦੇ ਭਾਈਵਾਲ ਅਕਾਲੀ ਦਲ ਬਾਦਲ ਵਾਲੇ ਨੇ, ਔਰ ਜਿਹੜੇ ਕਹਿੰਦੇ ਸਾਡੇ ਨੌਂ ਅਤੇ ਮਾਸ ਦਾ ਰਿਸ਼ਤਾ ਹੈ, ਅਤੇ ਉਸ ਦੇ ਵਿੱਚ ਹੀ ਬ੍ਰੌਡਕਾਸਟਿੰਗ ਮਹਿਕਮਾ ਹੈ ਜਿਸ ਨੇ ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਕਰਨ ਵਾਲਿਆਂ ਨੂੰ ਖੁੱਲ੍ਹਾਂ ਦਿੱਤੀਆਂ ਹੋਈਆਂ ਨੇ। ਅਤੇ ਮੈਂ ਪੁੱਛਣਾ ਚਾਹੁੰਦਾ, ਜਿਹੜੇ ਵੱਡੇ ਵੱਡੇ ਦਮਗਜੇ ਮਾਰਦੇ ਨੇ ਕਿ ਅਸੀਂ ਪੰਥ ਦੇ ਬੜੇ ਪਹਿਰੇਦਾਰ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਿਉਂ ਅੱਜ ਸੁੱਤੀ ਪਈ ਹੈ? ਔਰ ਪਿਛਲੇ ਕੁਝ ਦਿਨਾਂ ਤੋਂ ਮੀਰੀ ਪੀਰੀ ਨਾਮ ਦੀ ਜਿਹੜੀ ਐਨੀਮੇਸ਼ਨ ਫਿਲਮ ਆਈ ਹੈ, ਉਹ ਜਿਹੜੀ ਅੱਜ ਰਿਲੀਜ਼ ਹੋਣੀ ਸੀ, ਉਸ ਦੇ ਉੱਤੇ ਬੜਾ ਵੱਡਾ ਵਿਵਾਦ ਚੱਲ ਰਿਹਾ। ਇਹ ਵਿਵਾਦ ਕਿਉਂ ਉੱਠ ਰਹੇ ਨੇ, ਕਿਉਂ ਅਸੀਂ ਆਪਸ ਵਿੱਚ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਗੁਜ਼ਰ ਰਹੇ ਹਾਂ? ਇਸ ਦਾ ਇੱਕੋ ਇੱਕ ਕਾਰਨ ਹੈ ਕਿ ਸਿੱਖ ਵਿਰੋਧੀ ਮਾਨਸਿਕਤਾ ਜਿਹੜੀ ਹੈ, ਉਸ ਨੇ ਫੈਸਲਾ ਕੀਤਾ ਹੋਇਆ ਕਿ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਹੈ। ਕੋਈ ਇਸ ਤਰ੍ਹਾਂ ਦੀ ਫਿਲਮ ਬਣਾ ਦਿੱਤੀ ਜਾਂਦੀ, ਕੋਈ ਇਸ ਤਰ੍ਹਾਂ ਦਾ ਸੀਰੀਅਲ ਬਣਾ ਦਿੱਤਾ ਜਾਂਦਾ, ਫਿਰ ਉਸ ਦੇ ਵਿੱਚ ਸਿੱਖ ਕੌਮ ਨੂੰ ਸੜਕਾਂ 'ਤੇ ਆਉਣਾ ਪੈਂਦਾ, ਸਾਨੂੰ ਸੰਘਰਸ਼ ਕਰਨਾ ਪੈਂਦਾ। ਸੋ ਮੈਂ ਚੇਤਾਵਨੀ ਦੇਣੀ ਚਾਹੁੰਦਾ ਇਹੋ ਜਿਹੇ ਲੋਕਾਂ ਨੂੰ ਕਿ ਸਿੱਖ ਕੌਮ ਦਾ ਇਤਿਹਾਸ ਪੜ੍ਹੋ। ਸਿੱਖ ਕੌਮ ਨੇ ਉਸ ਨਾਲ ਬੁਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਕਦੇ ਵੀ ਬਖਸ਼ਿਆ ਨਹੀਂ ਜਿਹੜਾ ਸਿੱਖ ਕੌਮ ਦੇ ਨਾਲ ਬਿਨਾਂ ਵਜ੍ਹਾ ਪੰਗੇ ਲੈਂਦਾ। ਸੋ ਚਾਹੇ ਉਹ ਸ਼ਿਵ ਸੈਨਾ ਵਾਲੇ ਹੋਣ, ਚਾਹੇ ਕੋਈ ਹੋਰ ਹੋਵੇ, ਜਿਹੜਾ ਵੀ ਸਾਡੇ ਨਾਲ ਬਿਨਾਂ ਵਜ੍ਹਾ ਇਸ ਤਰ੍ਹਾਂ ਦਾ ਟਕਰਾਅ ਚਾਹੁੰਦਾ, ਉਹ ਆਪਣਾ ਆਪ ਚੰਗੀ ਤਰ੍ਹਾਂ ਸੋਚੇ, ਵਿਚਾਰੇ ਕਿ ਸਿੱਖ ਕੌਮ ਜਿਹੜੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਸ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ, ਕਿਉਂ ਨੌਜਵਾਨ ਪੀੜ੍ਹੀ ਨੂੰ ਮਜਬੂਰ ਕੀਤਾ ਜਾਂਦਾ ਕਿ ਉਹ ਸੜਕਾਂ 'ਤੇ ਆ ਕੇ ਐਸੇ ਲੋਕਾਂ ਦੇ ਖਿਲਾਫ ਸੰਘਰਸ਼ ਕਰੇ। ਸੋ ਮੈਂ ਆਪਣੀ ਸਿੱਖ ਲੀਡਰਸ਼ਿਪ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਜੇ ਹੁਣ ਨਾ ਸੁਚੇਤ ਹੋਏ ਕਦੋਂ ਹੋਵੋਗੇ? 35 ਸਾਲ ਪਹਿਲਾਂ ਜੋ ਸਾਡੇ ਨਾਲ ਵਾਪਰਿਆ, ਅੱਜ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਚੜਾਉਣ ਵਾਸਤੇ, ਸਾਨੂੰ ਬਦਨਾਮ ਕਰਨ ਵਾਸਤੇ, ਸਿੱਖ ਇਤਿਹਾਸ ਨੂੰ ਗ੍ਰਹਿਣ ਲਾਉਣ ਵਾਸਤੇ ਔਰ ਪੰਥ ਵਿਰੋਧੀ ਜਿਹੜੀਆਂ ਸ਼ਕਤੀਆਂ ਨੇ ਉਹ ਲਗਾਤਾਰ ਸਾਨੂੰ ਲਲਕਾਰ ਰਹੀਆਂ ਨੇ। ਅਸੀਂ ਇੱਕਜੁੱਟ ਹੋ ਕੇ ਇਹਨਾਂ ਦਾ ਮੁਕਾਬਲਾ ਕਰੀਏ। ਔਰ ਮੈਂ ਜਿਹੜਾ ਕਲਰ ਟੀਵੀ ਚੈਨਲ ਦੇ ਜਿਹੜੇ ਪ੍ਰਬੰਧਕ ਨੇ, ਮੈਨੇਜਮੈਂਟ ਕਮੇਟੀ ਹੈ, ਉਸ ਨੂੰ ਮੈਂ ਸਖ਼ਤ ਚੇਤਾਵਨੀ ਦਿੰਦਾ ਕਿ ਉਹ ਬਾਜ਼ ਆ ਜਾਓ, ਇਹ ਟੀਵੀ ਸੀਰੀਅਲ ਬਿਲਕੁਲ ਨਹੀਂ ਚੱਲਣ ਦਿੱਤਾ ਜਾਵੇਗਾ ਔਰ ਬਹੁਤ ਜਲਦੀ ਰਣਨੀਤੀ ਤਿਆਰ ਕਰਕੇ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਔਰ ਜਿਵੇਂ ਪਹਿਲਾਂ ਸੋਨੀ ਟੀਵੀ ਚੈਨਲ ਨੇ ਅਤੇ ਕਲਰ ਟੀਵੀ ਚੈਨਲ ਨੇ ਪਹਿਲਾਂ ਵੀ ਬੜੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ, ਜਿਹੜੀਆਂ ਸਮੇਂ ਸਿਰ ਅਸੀਂ ਉਸ ਦਾ ਵਿਰੋਧ ਕਰਦੇ ਰਹੇ ਹਾਂ ਅਤੇ ਫਿਰ ਇਹਨਾਂ ਨੂੰ ਆਪਣੇ ਉਹ ਫੈਸਲੇ ਵਾਪਸ ਲੈਣੇ ਪਏ ਨੇ। ਹੁਣ ਵੀ ਇਹ ਛੋਟੀ ਸਰਦਾਰਨੀ ਸੀਰੀਅਲ ਕਿਸੇ ਵੀ ਹਾਲਤ ਵਿੱਚ ਚੱਲਣ ਨਹੀਂ ਦਿੱਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਰਸ ਦੇ ਇੱਕ ਨਵੇਂ ਧਾਰਾਵਾਹਿਕ ਛੋਟੀ ਸਰਦਾਰਨੀ ਦੇ ਪ੍ਰੋਮੋ ਦੇ ਨਾਲ ਸਿੱਖ ਭਾਵਨਾਵਾਂ ਦੀ ਠੇਸ ਪੁੱਛੀ ਹੈ, ਕਿਉਂਕਿ ਉਸ ਦੇ ਵਿੱਚ ਪੰਜ ਕੱਕਿਆਂ ਦੇ ਹੀ ਜਿਹੜੀ ਡੈਫੀਨੇਸ਼ਨ ਹੈ ਉਹਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਦਿੱਲੀ ਕੈਂਟ ਦੇ ਇੱਕ ਸਿੱਖ ਵੀਰ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈਗੀ ਹੈ, ਜਿਹਦੇ ਵਿੱਚ ਉਹਨੇ ਬੇਨਤੀ ਵੀ ਕੀਤੀ ਹੈ ਸਾਡੀ ਕਮੇਟੀਆਂ ਨੂੰ ਕਿ ਇਹਦੇ ਉੱਪਰ ਉਹ ਜਲਦੀ ਐਕਸ਼ਨ ਲੈਣ। ਆਓ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਤੋਂ ਅਸੀਂ ਜੁੜਦੇ ਹਾਂ। ਜਤਿੰਦਰਪਾਲ ਸਿੰਘ ਗੋਲਡੀ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਕੀ ਕਹਿਣਾ ਚਾਹੋਗੇ ਲਗਾਤਾਰ ਜੋ ਕਿ ਸੀਰੀਅਲਸ ਜਾਂ ਫਿਲਮਾਂ ਵੱਲੋਂ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਹੁਣ ਫਿਰ ਇੱਕ ਪ੍ਰੋਮੋ ਆਇਆ ਜਿਹਦੇ ਵਿੱਚ ਪੰਜ ਕੱਕਿਆਂ ਦਾ ਜਿਹੜਾ ਹੈਗਾ ਡੈਫੀਨੇਸ਼ਨ ਹੀ ਬਦਲ ਕੇ ਰੱਖ ਦਿੱਤੀ ਹੈ, ਦਿੱਲੀ ਗੁਰਦੁਆਰਾ ਕਮੇਟੀ ਹੈ ਤੇ ਕੀ ਕਰ ਰਹੀ ਹੈ? ਸਭ ਤੋਂ ਪਹਿਲੀ ਗੱਲ ਇਹ ਜਿਹੜੀ ਇਹਨਾਂ ਨੇ ਛੋਟੀ ਸਰਦਾਰਨੀ ਜੋ ਉਹਦਾ ਪ੍ਰੋਮੋ ਚੱਲ ਰਿਹਾ, ਇਹਦੇ ਵਿੱਚ ਜੋ ਗਲਤ ਪ੍ਰਚਾਰ ਕਰ ਰਹੇ ਨੇ, ਲਿਖਿਆ ਇਹਨਾਂ ਨੇ ਕੱਕਾ, ਬਲਕਿ ਦੇਖਿਆ ਕੱਕਾ ਕਰਤੱਵ ਹੈ, ਕਰਮ ਕਾਬਿਲ, ਕਰੁਣਾ ਕਟਰ,
ਇਹ ਗੁਰਮਤ ਦੇ ਹਿਸਾਬ ਨਾਲ ਗਲਤ ਹੈਗਾ ਔਰ ਅਸੀਂ ਇਹਦੇ ਖਿਲਾਫ ਇਹਨਾਂ ਨੂੰ ਲੀਗਲ ਨੋਟਿਸ ਵੀ ਭੇਜ ਦਿੱਤਾ ਹੈ। ਗੁਰਮਤ ਦੇ ਹਿਸਾਬ ਨਾਲ ਸਾਡਾ ਕੱਕਾ ਕਛਹਿਰਾ, ਕੱਕਾ ਕੇਸ ਹੈ, ਕੱਕਾ ਔਰ ਕੜਾ ਹੈ, ਕੱਕਾ ਕੰਘਾ ਹੈ, ਕੱਕਾ ਕੇਸ ਹੈ, ਪੰਜ ਕਕਾਰ ਉਹ ਹੈਗੇ ਨੇ। ਇਸ ਲਈ ਅਸੀਂ ਲੀਗਲ ਤੌਰ 'ਤੇ ਨੋਟਿਸ ਭੇਜਿਆ, ਲੀਗਲ ਹੈ ਸਾਡੇ ਹੱਥ ਹੀ ਜਗ੍ਹਾ ਵੇ ਔਰ ਪ੍ਰਧਾਨ ਸਾਹਿਬ ਵੱਲੋਂ, ਸਕੱਤਰ ਸਾਹਿਬ ਵੱਲੋਂ ਨੋਟਿਸ ਚਲਾ ਗਿਆ ਵੇ। ਬਹੁਤ ਜਲਦੀ ਇਹ 'ਤੇ ਕਾਰਵਾਈ ਕੀਤੀ ਜਾਏਗੀ। ਜੇ ਇਸ ਫਿਲਮ ਦੇ ਅੰਦਰ ਜੋ ਅਗਰ ਮੇਰੇ ਸੀਨ ਇਹਨਾਂ ਨੇ ਗਲਤ ਪਾਏ ਨੇ, ਇਹਨੂੰ ਚੇਂਜ ਕਰ ਲੈਂਦੇ ਨੇ, ਉਹ ਆ ਕੇ ਮਾਫ਼ੀ ਮੰਗ ਲੈਂਦੇ ਨੇ, ਸਾਨੂੰ ਕੋਈ ਦਿੱਕਤ ਨਹੀਂ, ਨਹੀਂ ਤਾਂ ਦਿੱਲੀ ਕਮੇਟੀ ਵੱਲੋਂ ਔਰ ਪੂਰੀ ਸਿੱਖਾਂ ਸਾਰੀ ਵੱਲੋਂ, ਸਿੱਖਾਂ ਵੱਲੋਂ ਅਸੀਂ ਇਹਨੂੰ ਪ੍ਰੋਟੈਸਟ ਕਰਾਂਗੇ। ਚਲੋ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਨਾ, ਤੁਸੀਂ ਉਹ ਵੀ ਕਰਾਂਗੇ। ਸਿੱਖੀ ਦੇ ਜਿਹੜਾ ਵੀ ਘਾਤ ਲਾਏਗਾ, ਜਿਹੜਾ ਵੀ ਸਿੱਖੀ ਦੇ ਕੋਈ ਹੈ ਸਾਡੇ ਕਿਸੇ ਧਰਮ ਦੇ ਉੱਤੇ, ਸਾਡੀ ਆਨ ਦੇ ਉੱਤੇ, ਸਾਡੀ ਸ਼ਾਨ ਦੇ ਜਿਹੜਾ ਹੱਥ ਪਾਏਗਾ, ਅਸੀਂ ਉਹਨੂੰ ਮੂੰਹ ਤੋੜ ਜਵਾਬ ਦੇਵਾਂਗੇ। ਅਸੀਂ ਸਿੱਖੀ ਦੇ ਮਾਮਲੇ 'ਚ ਕਿਸੇ ਦਾ ਇੰਟਰਫੇਅਰ ਪਸੰਦ ਨਹੀਂ ਕਰਾਂਗੇ। ਲਗਾਤਾਰ ਇਸ ਤਰੀਕੇ ਦੀ ਘਟਨਾਵਾਂ ਹੁੰਦੀ ਰਹਿੰਦੀ ਹੈ। ਹੁਣ ਉਹਦੇ ਵਿੱਚ ਜਿੱਥੇ ਉਹ ਕੱਟਰ ਲਿਖਵੇਰੇ ਵੀ ਹੈਗੇ, ਪਰ ਉਹਦੇ ਵਿੱਚ ਉਹ ਦਿਸਦਾ ਵੀ ਨਹੀਂ ਹੈਗਾ। ਉਹ ਸੀਰੀਅਲਸ ਜਿਹੜੀ ਹੈਗੀ ਆ, ਜੋ ਪ੍ਰੋਜੈਕਸ਼ਨ ਕੀਤੀ ਜਾ ਰਹੀ, ਪ੍ਰੈਜੈਂਟੇਸ਼ਨ ਹੈਗੀ, ਉਹ ਵੀ ਗੁਰਮਤ ਦੇ ਖਿਲਾਫ ਕੀਤੀ ਜਾ ਰਹੀ ਹੈ। ਨਹੀਂ ਦੇਖੋ, ਅਜੇ ਮੈਂ ਦੇਖਿਆ ਇਸ ਪ੍ਰੋਜੈਕਸ਼ਨ ਬਿਲਕੁਲ ਹੀ ਗਲਤ ਹੈਗੀ। ਜੇ ਤੁਸੀਂ ਛੋਟੀ ਸਰਦਾਰਨੀ ਬਣਾਉਣੀ ਸੀ, ਦੁਰਮਾਲੇ ਦੀ ਵਾਲੀ ਸਿੰਘ ਨਹੀਂ ਸਜਾਉਂਦੇ ਇਹਦੇ ਅੰਦਰ, ਉਹਨੇ ਜਿਹੜੀ ਤੇ ਜਿਹੜਾ ਰੋਲ ਕਰ ਰਹੀ, ਉਹਨੇ ਆਪ ਭਰਵੱਟੇ ਬਣਾਏ, ਉਹਨੇ ਆਪ ਕਿਸੇ ਰੋਮਾਂ ਦੀ ਬੇਦਬੀ ਕੀਤੀ, ਦੂਸਰੇ ਨੂੰ ਕਿਵੇਂ ਉਹ ਪ੍ਰਚਾਰ ਦੇ ਬਾਰੇ ਕਹਿ ਸਕਦੀ ਹੈ, ਕਿਸ ਬਾਰੇ ਕਿਸ ਤਰ੍ਹਾਂ ਕਹਿ ਸਕਦੀ ਹੈ। ਔਰ ਇਹੋ ਜਿਹੀ ਬਹੁਤ ਵੱਡੀ ਗਲਤ ਹੈਗੀ ਹੈ। ਇਹ ਜਿਹੜੇ ਕਕਾਰ ਨੇ ਪੰਜ, ਸਾਨੂੰ ਗੁਰੂ ਸਾਹਿਬ ਨੇ ਬਖਸ਼ੇ ਨੇ, ਕੋਈ ਇਨਸਾਨ ਦੇਣ ਵਾਲਾ ਸਾਨੂੰ ਕੋਈ ਨਹੀਂ, ਸਾਡਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਦਿੱਤੇ ਨੇ, ਕਿਸੇ ਇਨਸਾਨ ਦੀ ਹਿੰਮਤ ਨਹੀਂ ਕਿ ਆ ਕੇ ਇਹਨੂੰ ਚੇਂਜ ਕਰ ਲਵੇ। ਬਹੁਤ ਵੱਡੀ ਗਲਤੀ ਕਰਦੇ ਨੇ ਔਰ ਮਾਰਾ ਮੇਰੇ ਘਰ ਅਸੀਂ ਇਹਨੂੰ ਸਮਤ ਬੁੱਧੀ ਕਵਾਂਗੇ ਗੁਰੂ ਸਾਹਿਬ ਇਹਨਾਂ ਦੇਣ, ਤਾਂ ਕਿ ਇਹ ਜੋ ਇਹਨੇ ਗਲਤੀ ਕਰ ਰਹੇ ਨਾ ਕਰਨ ਔਰ ਆਪਣੀ ਗਲਤੀ ਦੀ ਮਾਫ਼ੀ ਮੰਗਣ, ਉਹ ਬਹੁਤ ਜਲਦੀ ਮੰਗਣ, ਨਹੀਂ ਤਾਂ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਏਗਾ, ਕਲਰ ਟੀਵੀ ਨੂੰ ਔਰ ਜਿਹੜੇ ਸੀਰੀਅਲ ਵਾਲੇ ਉਹਨਾਂ ਨੂੰ ਵੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਇਸ ਦੇ ਮਾਮਲੇ ਦੇ ਵਿੱਚ ਜਿਹੜੀ ਵੀ ਅਪਡੇਟ ਹੋਏਗੀ ਤੁਹਾਨੂੰ ਜੋੜਦੇ ਰਵਾਂਗੇ। ਵੇਖਦੇ ਰਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲ